ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਅਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਏ ਹਾਂ ਪ੍ਰੋਗਰਾਮ ਦਾ ਨਿਊਜ਼ ਪੁਆਇੰਟ, ਜਿਸ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਅਹਿਮ ਮੁੱਦਿਆਂ 'ਤੇ ਪੂਰੇ ਦੇਸ਼ ਦੇ ਵਿੱਚ। ਅਰਵਿੰਦ ਕੇਜਰੀਵਾਲ ਹੋਣਾ ਦੀ ਗ੍ਰਿਫਤਾਰੀ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਸਪੋਟਰਾਂ ਦੇ ਵੱਲੋਂ ਥਾਂ ਥਾਂ ਪ੍ਰਦਰਸ਼ਨ ਕੀਤਾ ਜਾ ਰਿਹਾ, ਉੱਥੇ ਹੀ ਅਰਵਿੰਦ ਕੇਜਰੀਵਾਲ ਹੋਣਾ ਨੂੰ ਅਦਾਲਤ ਦੇ ਵਿੱਚ ਦਲੀਲਾਂ ਅਪੀਲਾਂ ਸੁਣਨ ਤੋਂ ਬਾਅਦ ਤਿਹਾੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਉਸ ਜੇਲ੍ਹ ਦੇ ਵਿੱਚ ਕੌਣ ਕੌਣ ਉਹਨਾਂ ਦੇ ਨਾਲ ਨੇ, ਕਿਹੜੇ ਕਿਹੜੇ ਉਹਨਾਂ ਦੇ ਗਵਾਂਢੀ ਨੇ, ਇਸ ਪੂਰੇ ਮਾਮਲੇ ਦੇ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ। ਸਵਾਗਤ ਹੈ ਵਿਵੇਕ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਗਗਨ ਅਤੇ ਸਕਾਈ ਨਿਊਜ਼ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਿਵੇਕ, ਅਰਵਿੰਦ ਕੇਜਰੀਵਾਲ ਹੋਣਾ ਨੂੰ ਤਿਹਾੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ, ਕਿਹਾ ਵੀ ਜਾ ਰਿਹਾ ਕਿ ਜੇਲ੍ਹ ਵਿੱਚ ਉਹ CCTV ਕੈਮਰੇ ਦੀ ਨਿਗਰਾਨੀ ਦੇ ਹੇਠ ਰਹਿਣਗੇ ਅਤੇ ਕਿਹੜੇ ਕਿਹੜੇ ਉਹਨਾਂ ਦੇ ਗਵਾਂਢੀ ਨੇ ਜੇਲ੍ਹ ਦੇ ਵਿੱਚ, ਸਭ ਤੋਂ ਪਹਿਲਾਂ ਇਸ ਮਾਮਲੇ 'ਤੇ ਝਾਤ ਮਾਰ ਲੈਂਦੇ ਹਾਂ ਜੀ। ਗਗਨ, ਜਿਵੇਂ ਤੁਹਾਨੂੰ ਪਤਾ ਹੀ ਹੈ ਅਤੇ ਦਰਸ਼ਕਾਂ ਨੂੰ ਵੀ ਸਾਡੇ ਪਤਾ ਹੀ ਹੈ ਕਿ ਇਸ ਮਾਮਲੇ ਦੇ ਵਿੱਚ, ਜਿਸ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਫਸੇ ਹੋਏ ਨੇ, ਆਬਕਾਰੀ ਨੀਤੀ ਕਹਿ ਲਈਏ ਤਾਂ ਐਕਸਾਈਜ਼ ਪਾਲਿਸੀ ਹੈ ਨਾ, ਆਬਕਾਰੀ ਨੀਤੀ, ਅਤੇ ਉਹਦੇ ਵਿੱਚੋਂ ਫਿਰ ਸ਼ਰਾਬ ਘੁਟਾਲਾ ਮਾਮਲਾ ਹੈ ਨਾ, ਅਤੇ ਨੀਤੀ ਅਤੇ ਸ਼ਰਾਬ ਘੁਟਾਲਾ ਜੀ, ਇਹ ਦੋ ਅਲੱਗ ਅਲੱਗ ਮਾਮਲੇ ਕਹਿ ਸਕਦੇ ਹਾਂ ਜਿਹੜੇ ਆਪਾਂ ਇੰਟਰਲਿੰਕ ਨੇ ਇੱਕ ਦੂਸਰੇ ਦੇ ਨਾਲ। ਪਹਿਲਾਂ ਆਬਕਾਰੀ ਨੀਤੀ ਬਣੀ ਜੀ, ਐਕਸਾਈਜ਼ ਪਾਲਿਸੀ, ਅਤੇ ਉਸ ਤੋਂ ਬਾਅਦ ਉਸ ਪਾਲਿਸੀ ਦੇ ਤਹਿਤ ਜਿਹੜਾ ਇੱਕ ਘੁਟਾਲਾ ਹੋਇਆ। ਸੋ ਉਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਜੇਕਰ ਆਪਾਂ ਗੱਲ ਕਰੀਏ ਤਾਂ 20 ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋ ਗਈਆਂ ਨੇ, ਅਤੇ ਮੁੱਖ ਸੂਚੀ ਦੇ ਵਿੱਚ ਗੱਲ ਕਰੀਏ ਤਾਂ ਇੱਕ ਉਹਨਾਂ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਹੋਰੀ ਜੁੜ ਗਏ ਨੇ, ਅਤੇ ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਹੋਰੀ ਸੀਗੇ, ਅਤੇ ਉਹਨਾਂ ਤੋਂ ਬਾਅਦ ਫਿਰ ਸੰਜੇ ਸਿੰਘ ਹੋਰੀ, ਅਤੇ ਹੁਣ ਤੀਸਰੇ ਅਰਵਿੰਦ ਕੇਜਰੀਵਾਲ, ਜਿਹੜੇ ਮੁੱਖ ਚਿਹਰੇ ਨੇ ਜੀ। ਅਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਹੁਣ ਅੱਜ ਦਲੀਲਾਂ ਅਤੇ ਅਪੀਲਾਂ ਤੋਂ ਬਾਅਦ ਜਿਹੜਾ 15 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਤਾ, ਅਤੇ ਅਰਵਿੰਦ ਕੇਜਰੀਵਾਲ ਦਾ ਮੈਡੀਕਲ ਹੋਇਆ, ਮੈਡੀਕਲ ਤੋਂ ਬਾਅਦ ਹੁਣ ਉਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਲੈ ਕੇ ਜਾ ਰਹੇ ਨੇ, ਅਤੇ ਤਿਹਾੜ ਜੇਲ੍ਹ ਦੇ ਅੰਦਰੋਂ ਇਹ ਖਬਰ ਆ ਰਹੀ ਹੈ ਕਿ ਇੱਕ ਕੋਠੜੀ ਕਹਿ ਦਿੰਦੇ ਆ, ਕੋਠੜੀ ਕਹਿ ਦਿੰਦੇ ਆਪਾਂ ਜੀ, ਬੈਰਕ ਬੈਰਕ, ਅਤੇ ਬੈਰਕ ਨੰਬਰ 2 ਦੇ ਵਿੱਚ ਕਹਿੰਦੇ ਸੈਨੇਟਾਈਜੇਸ਼ਨ ਸ਼ੁਰੂ ਹੋ ਗਈ ਹੈ, ਝਾੜ ਪੂੰਝ ਸ਼ੁਰੂ ਹੋ ਗਈ ਹੈ। ਇਹ ਬੈਰਕ ਉਹਨਾਂ ਦੇ ਜਿਹੜੇ ਪੁਰਾਣੇ ਸਾਥੀ ਨੇ ਸੰਜੇ ਸਿੰਘ ਹੋਰਾਂ ਨੂੰ, ਉਹਨਾਂ ਦੀ ਹੈ, ਉਹਨਾਂ ਨੂੰ ਹੁਣ 2 ਨੰਬਰ ਕੋਠੀ 'ਚੋਂ ਚੱਕ ਕੇ 3 ਨੰਬਰ ਕੋਠਲੀ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ, 3 ਨੰਬਰ ਬੈਰਿਕ ਦੇ ਵਿੱਚ, ਅਤੇ 2 ਨੰਬਰ ਬੈਰਿਕ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰੀ ਜਿਹੜਾ ਨੇ ਉਹ ਰਹਿਣਗੇ। ਅਤੇ ਹੁਣ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਗੁਆਂਢੀ ਕੌਣ ਕੌਣ ਨੇ, ਸੋ ਬੈਰਿਕ ਨੰਬਰ 1 ਦੇ ਵਿੱਚ ਮਨੀਸ਼ ਸਿਸੋਦੀਆ ਨੇ, 2 ਦੇ ਵਿੱਚ, ਦੂਸਰੀ ਦੇ ਵਿੱਚ ਹੁਣ ਰਹਿਣਗੇ ਅਰਵਿੰਦ ਕੇਜਰੀਵਾਲ ਹੋਰੀ, ਬੈਰਿਕ ਨੰਬਰ 3 ਦੇ ਵਿੱਚ ਨੇ ਆਪਣੇ ਸੰਜੇ ਸਿੰਘ ਹੋਣੀ ਸਾਂਸਦ ਜਿਹੜੇ ਸੀਗੇ, ਅਤੇ ਬੈਰਿਕ ਨੰਬਰ 6 ਦੇ ਵਿੱਚ ਜਿਹੜੇ ਨੇ ਉਹਨੇ ਆਪਣੇ ਕੇ ਕਵਿਤਾ ਹੋਰੀ, ਜਿਹੜੇ ਇਸ ਪੂਰੇ ਮਾਮਲੇ ਦੇ ਵਿੱਚ ਜਿਨ੍ਹਾਂ ਨੇ ਬ੍ਰੋਕਰ ਦਾ ਕੰਮ ਕੀਤਾ ਸੀ, ਹੈ ਨਾ, ਡੀਲਸ ਕਰਾਈਆਂ ਸੀਗੀਆਂ, ਸੋ ਕੇ ਕਵਿਤਾ ਸਿੰਘ ਹੋਰੀ ਜਿਹੜਾ ਨੇ ਉਹ ਇਸ ਬੈਰਿਕ ਨੰਬਰ 6 ਦੇ ਵਿੱਚ ਨੇ। ਤੋ 1 ਤੋਂ ਲੈ ਕੇ ਹੁਣ 6 ਤੱਕ ਜਿਹੜੀਆਂ ਬੈਰਿਕਸ ਨੇ ਉਹਦੇ ਵਿੱਚ ਮੋਸਟਲੀ ਹੁਣ ਇਹਨਾਂ ਦੇ ਜਿਹੜੇ ਲੈਫਟ ਅਤੇ ਰਾਈਟ ਹੈਂਡ ਅਰਵਿੰਦ ਕੇਜਰੀਵਾਲ ਹੋਰਾਂ ਦੇ ਇੱਕ ਸਾਂਸਦ ਨੇ, ਅਤੇ ਇੱਕ ਸਿੱਖਿਆ ਮੰਤਰੀ ਸੀ ਪਹਿਲਾਂ, ਅਤੇ ਉਸ ਤੋਂ ਬਾਅਦ ਐਜੂਕੇਸ਼ਨ ਮਿਨਿਸਟਰ ਬਣੇ ਨੇ, ਅਤੇ ਫਿਰ ਉਸ ਤੋਂ ਬਾਅਦ ਡਿਪਟੀ CM ਜਿਹੜੇ ਨੇ, ਇਹ ਸਾਰੇ ਇਹਨਾਂ ਦੇ ਗੁਆਂਢੀ ਨੇ। ਪਰ ਜੋ ਅੱਜ ED ਦੇ ਵੱਲੋਂ ਜਿਹੜੇ ਪੱਖ ਰੱਖੇ ਗਏ ਨੇ, ਕਿਉਂਕਿ ED ਦੇ ਵੱਲੋਂ ਲਗਾਤਾਰ ਜਿਹੜੇ ਪੱਖ ਰੱਖੇ ਜਾ ਰਹੇ ਨੇ, ਉਹ ਲਗਾਤਾਰ ਅਰਵਿੰਦ ਕੇਜਰੀਵਾਲ ਹੋਰਾਂ ਦੀਆਂ ਮੁਸ਼ਕਿਲਾਂ ਉਹ ਬਣਾਉਂਦੇ ਰਹੇ ਨੇ। ਤੁਹਾਨੂੰ ਯਾਦ ਹੋਏਗਾ ਕਿ 21 ਮਾਰਚ ਨੂੰ ਜਦੋਂ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ 2 ਘੰਟੇ ਪੁੱਛਗਿੱਛ ਕੀਤੀ ਗਈ, ਉਸ ਤੋਂ ਬਾਅਦ ਉਹਨਾਂ ਨੂੰ ਇੱਕਦਮ ਹੀ ਸੜਨ ਅਰੈਸਟ ਕਰ ਲਿਆ ਗਿਆ। ਉਸ ਤੋਂ ਬਾਅਦ ਜਦੋਂ 22 ਤਰੀਕ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਤਾਂ ਉਸ ਸਮੇਂ ED ਨੇ ਕਿਹਾ ਕਿ ਪੂਰੇ ਮਾਮਲੇ ਦੇ ਸਰਗਣਾ ਹੀ ਇਹ ਨੇ, ਇਹਨਾਂ ਦੇ ਵੱਲੋਂ ਇੰਨੇ 300 ਕਰੋੜ 600 ਕਰੋੜ ਦਾ ਜਿਹੜਾ ਘਪਲਾ ਹੈ ਉਹ ਕੀਤਾ ਗਿਆ, ਗੋਆ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਇਸਤੇਮਾਲ ਕੀਤਾ ਗਿਆ। ਸੋ ਉਸ ਤੋਂ ਬਾਅਦ ਫਿਰ ਉਹ ਗਏ ਉਹਨਾਂ ਨੂੰ ਫਿਰ ਪਹਿਲਾਂ ਕੁਛ ਦਿਨ ਦੀ ਜਿਹੜਾ ਛੇ ਦਿਨ ਦੀ ED ਦੀ ਰਿਮਾਂਡ ਦੇ ਵਿੱਚ ਭੇਜਿਆ ਗਿਆ, ਫਿਰ ਉਹ 6ਵੇਂ ਦਿਨ ਜਦੋਂ ਫਿਰ ਪੇਸ਼ ਕੀਤਾ ਗਿਆ, ਫਿਰ ਹੋਰ ਤੱਥ ਜਿਹੜੇ ਨੇ ਉਹ ਸਾਹਮਣੇ ਰੱਖੇ ਗਏ, ਫਿਰ ED ਦੇ ਵੱਲੋਂ ਰਿਮਾਂਡ ਵਧਾ ਦਿੱਤੀ ਗਈ।
ਤੇ ਹੁਣ ਜਿਹੜਾ ਉਹਨਾਂ ਨੂੰ ਫਿਰ ਈਡੀ ਨੇ ਅੱਜ ਜਦੋਂ ਪੇਸ਼ ਕੀਤਾ ਤਾਂ ਬੜੇ ਹੈਰਾਨੀ ਕਰਨ ਵਾਲੇ ਜਿਹੜੇ ਨੇ ਖੁਲਾਸੇ ਉਹ ਕੀਤੇ ਗਏ। ਈਡੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਅੰਦਰ ਕਿਹਾ ਹੈ, ਬਿਆਨ ਦਿੱਤਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਮੁੱਖ ਮੰਨਿਆ ਜਾ ਰਿਹਾ ਆ ਆਪਣਾ ਬੀਜੇ ਨਾਇਰ ਮੈਡੀਏਟਰ, ਜਿਹੜਾ ਜਿਹੜਾ ਸਾਊਥ ਲੋਬੀ ਤੋਂ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਡੀਲਸ ਕਰਾਉਂਦਾ ਸੀ, ਕਹਿੰਦੇ ਉਹ ਡੀਲਸ ਦੀ ਰਿਪੋਰਟ ਜਿਹੜੀ ਆ ਉਹ ਆ ਕੇ ਆਤਿਸ਼ੀ ਨੂੰ ਦਿੰਦਾ ਸੀ। ਹੁਣ ਆਤਿਸ਼ੀ ਦਾ ਜਦ ਜ਼ਿਕਰ ਹੋਇਆ ਤਾਂ ਤੁਸੀਂ ਜਾਣੀਗੇ, ਪੰਜਾਬ ਦੀ ਜਨਤਾ ਵੀ ਜਾਣੀ ਹੋਏਗੀ ਕਿ ਆਤਿਸ਼ੀ ਇਸ ਵੇਲੇ ਬਹੁਤ ਚਰਚਾਵਾਂ ਦੇ ਵਿੱਚ ਨੇ, ਕਿਉਂਕਿ ਹੁਣ ਐਜੂਕੇਸ਼ਨ ਮਿਨਿਸਟਰ ਉਹ ਬਣਾਏ ਗਏ ਸੀਗੇ ਅਤੇ ਐਜੂਕੇਸ਼ਨ ਮਿਨਿਸਟਰ ਤੋਂ ਬਾਅਦ ਹੁਣ ਦਿੱਲੀ ਦੇ CM ਦੀ ਗੱਲ ਵੀ ਉਹਨਾਂ ਦੀ ਚੱਲ ਰਹੀ ਸੀ ਕਿ ਅਰਵਿੰਦ ਕੇਜਰੀਵਾਲ ਤੋਂ ਬਾਅਦ ਕਿਹੜੇ ਇਸਦੇ ਦੇ ਨੇਤਾ ਨੇ ਜਿਹਨਾਂ ਨੂੰ CM ਬਣਾਇਆ ਜਾ ਸਕਦਾ ਜੀ। ਸੋ ਆਤਿਸ਼ੀ ਹੋਰਾਂ ਦਾ ਨਾਮ ਜਿਹੜਾ ਚਰਚਾਵਾਂ ਦੇ ਵਿੱਚ ਸੀਗਾ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਨਾਮ ਦਾ ਜ਼ਿਕਰ ਕੀਤਾ, ਸੌਰਵ ਭਾਰਦਵਾਜ। ਸੌਰਵ ਭਾਰਦਵਾਜ ਵੀ ਜੇਕਰ ਯਾਦ ਹੋਵੇ ਤਾਂ ਕੈਬਨਿਟ ਮਿਨਿਸਟਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਦਿੱਲੀ ਦੇ ਵਿੱਚ, ਅਤੇ ਉਹਨਾਂ ਦੇ ਵੱਲੋਂ ਵੀ ਜਦੋਂ ਅਰਵਿੰਦ ਕੇਜਰੀਵਾਲ ਦੀ ਦੂਸਰੀ ਚਿੱਠੀ ਜਾਂਦੀ ਹੈ ਸਿਹਤ ਸੇਵਾਵਾਂ ਦੇ ਲਈ ਸਿਹਤ ਡਿਪਾਰਟਮੈਂਟ ਨੂੰ ਜਾਂ ਫਿਰ ਕਹਿ ਦਈਏ ਸਿਹਤ ਵਿਭਾਗ ਨੂੰ, ਹੈ ਨਾ, ਹੈਲਥ ਮਿਨਿਸਟਰ ਨੂੰ, ਤਾਂ ਉਸ ਸਮੇਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਅਰਵਿੰਦ ਕੇਜਰੀਵਾਲ ਨੇ ਜੇਲ੍ਹ 'ਚੋਂ ਹੁਕਮ ਕੀ ਦਿੱਤੇ ਨੇ। ਸੋ ਹੁਣ ਉਹਨਾਂ ਦਾ ਨਾਮ ਜਿਹੜਾ ਆ, ਕਹਿੰਦੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੇ ਲਿਆ ਹੈ ਕਿ ਸਾਈਨ ਵੀ ਨਹੀਂ ਮੈਂ ਕਰਦਾ ਹੁੰਦਾ ਸੀਗਾ ਇਸ ਡੀਲਸ ਦੇ ਉੱਤੇ, ਸਾਈਨ ਵੀ ਇਹੀ ਕਰਦੇ ਹੁੰਦੇ ਸੀ। ਸੋ ਹੁਣ ਮੁਸ਼ਕਿਲਾਂ ਉਹਨਾਂ ਦੀਆਂ ਵੀ ਵੱਧ ਗਈਆਂ ਨੇ, ਕਿਉਂਕਿ ਹੁਣ ਕੱਲ੍ਹ ਜਿਹੜਾ ਆਪਾਂ ਗੱਲ ਕਰੀਏ ਤਾਂ ਕਪਿਲ ਹੋਰਾਂ ਨੂੰ ਜਿਹੜਾ ਬੁਲਾਇਆ ਗਿਆ ਸੀਗਾ ਕੈਬਨਿਟ ਮਿਨਿਸਟਰ ਉਹਨਾਂ ਨੂੰ, ਅਤੇ ਹੁਣ ਦੋਨਾਂ ਦੀ ਵੀ ਕਿਸੇ ਵੀ ਸਮੇਂ ਜਿਹੜੀ ਹੈ ਉਹ ਗ੍ਰਿਫਤਾਰੀ ਤਾਂ ਨਹੀਂ, ਮਤਲਬ ਪੁੱਛ ਪੜਤਾਲ ਲਈ ਈਡੀ ਇਹਨਾਂ ਨੂੰ ਵੀ ਸਮਨ ਭੇਜ ਸਕਦੀ ਹੈ, ਜਿਵੇਂ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਪਹਿਲਾਂ 9 ਸਮਨ ਭੇਜੇ ਗਏ, ਪਰ ਇਸ ਵਾਰੀ ਕਹਿੰਦੇ ਕਿ ਇੱਧਰਲੇ ਪਾਸੇ 9 ਸਮਨਾਂ ਤੱਕ ਜਾਣ ਦੀ ਗੱਲਬਾਤ ਹੋਏਗੀ ਨਹੀਂ। ਪਹਿਲੇ ਦੂਜੇ ਵਿੱਚ ਹੀ ਜੇਕਰ ਇਹ ਨਾ ਪੇਸ਼ ਹੋਏ ਤਾਂ ਫਿਰ ਉਸ ਤੋਂ ਬਾਅਦ ਫਿਰ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਕਹਿੰਦੇ ਜਿਹੜੀਆਂ ਬੈਰਕਾਂ ਖਾਲੀ ਨੇ ਉੱਧਰ ਫਿਰ ਇਹਨਾਂ ਨੂੰ ਭਰਿਆ ਜਾ ਸਕਦਾ। ਮਤਲਬ ਆਮ ਆਦਮੀ ਪਾਰਟੀ ਦੀ ਜਿਹੜੀ ਕੈਬਨਿਟ ਆ ਜਾਂ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਆ ਉਹ ਫਿਰ ਤਿਹਾੜ ਜੇਲ੍ਹ ਦੇ ਵਿੱਚ ਹੀ ਚੱਲੇਗੀ। ਸੋ ਵਿਵੇਕ, ਮੇਰਾ ਇੱਕ ਹੋਰ ਸਵਾਲ ਹੈ, ਜਿਸ ਹਿਸਾਬ ਨਾਲ ਤੁਸੀਂ ਗੱਲ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਹੋਣਾ ਨੇ ਕਿਹਾ ਕਿ ਮੈਨੂੰ ਜਿਹੜੇ ਆ ਮੈਨੂੰ ਕੋਈ ਰਿਪੋਰਟ ਨਹੀਂ ਸੀ ਕਰਦਾ, ਉਹ ਜਿਹੜੀ ਰਿਪੋਰਟ ਹੈ ਉਹ ਆਤਿਸ਼ੀ ਹੋਣਾ ਨੂੰ ਕੀਤੀ ਜਾਂਦੀ ਸੀ, ਉਹ ਸੌਰਵ ਭਾਰਦਵਾਜ ਹੋਣਾ ਨੂੰ ਕੀਤੀ ਜਾਂਦੀ ਸੀ ਜਾਂ ਹੋਰ ਜਿਨ੍ਹਾਂ ਦੇ ਵੀ ਨਾਮ ਲਏ ਨੇ ਅਰਵਿੰਦ ਕੇਜਰੀਵਾਲ ਹੋਣਾ ਨੇ, ਅਤੇ ਅਜਿਹਾ ਕਰਕੇ ਕੀ ਅਰਵਿੰਦ ਕੇਜਰੀਵਾਲ ਦੀ ਖਲਾਸੀ ਬੰਦ ਖਲਾਸੀ ਹੋ ਸਕਦੀ ਹੈ, ਜਾਣ ਨੂੰ ਛੁਟਕਾਰਾ ਮਿਲ ਸਕਦਾ ਈਡੀ ਦੇ ਵੱਲੋਂ, ਜਿਹੜੇ ਉਹਨਾਂ ਨੇ ਹੁਣ ਬਿਆਨ ਦਿੱਤੇ ਨੇ ਕਿ ਮੈਨੂੰ ਤਾਂ ਰਿਪੋਰਟ ਨਹੀਂ ਹੁੰਦੀ, ਮੇਰੇ ਕੋਈ ਸਾਈਨ ਹੀ ਨਹੀਂ ਸੀ ਹੁੰਦੇ ਰਿਪੋਰਟ ਦੇ ਉੱਤੇ? ਗਗਨ, ਸਾਨੂੰ ਇੱਥੇ ਨਾ 2-3 ਪਹਿਲੂ ਨੇ ਜਿਹੜੇ ਸਮਝਣੇ ਪੈਣੇ ਨੇ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਈਡੀ ਨੇ ਬਿਆਨ ਦਿੱਤਾ ਅੰਦਰ ਕਿ ਅਰਵਿੰਦ ਕੇਜਰੀਵਾਲ ਨੇ ਇਹ ਸਾਨੂੰ ਬਿਆਨ ਦਿੱਤਾ ਹੈ, ਸੋ ਅਰਵਿੰਦ ਕੇਜਰੀਵਾਲ ਦੇ ਬਿਆਨ ਜਿਹੜਾ ਨੇ ਉਹ ਕੈਪਟਲ ਅਦਾਲਤ 'ਚ ਜਾਂਦੇ ਜਾਂਦੇ ਤੱਕ ਮੁੱਕਰ ਸਕਦੇ ਨੇ, ਕਿਉਂਕਿ ਜੋ ਵੀ ਤੁਸੀਂ ਸਟੇਟਮੈਂਟ ਪੁਲਿਸ ਨੂੰ ਦਉਂਗੇ ਜਾਂ ਫਿਰ ਕਿਸੇ ਸਰਕਾਰੀ ਏਜੰਸੀ ਨੂੰ ਦਿੰਦੇ ਹੋ ਉਹ ਵੈਲਿਡ ਨਹੀਂ ਹੁੰਦੇ ਅਦਾਲਤ ਦੇ ਵਿੱਚ, ਇਹ ਪੱਖ ਰੱਖਿਆ ਗਿਆ ਈਡੀ ਦੇ ਵੱਲੋਂ। ਅਰਵਿੰਦ ਕੇਜਰੀਵਾਲ ਇਹਨੂੰ ਮੁੱਕਰ ਵੀ ਸਕਦੇ ਨੇ। ਅਤੇ ਦੂਸਰੀ ਗੱਲ ਜਿਹੜੀ ਤੁਸੀਂ ਜ਼ਿਕਰ ਕੀਤਾ ਕਿ ਅਰਵਿੰਦ ਕੇਜਰੀਵਾਲ ਦਾ ਜੇਕਰ ਸਾਈਨ ਨਹੀਂ ਹੁੰਦੇ ਸੀ ਜਾਂ ਫਿਰ ਅਰਵਿੰਦ ਕੇਜਰੀਵਾਲ ਕੋਲ ਰਿਪੋਰਟ ਨਹੀਂ ਆਉਂਦੀ ਸੀ ਤਾਂ ਫਿਰ ਸਾਰੀ ਸ਼ੱਕ ਦੀ ਸੂਈ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਨਾਲ ਕਿਉਂ ਅਟਕੀ ਪਈ ਹੈ? ਗਗਨ, ਦਰਅਸਲ ਗੱਲ ਇੱਦਾਂ ਹੁੰਦੀ ਹੈ ਕਿ ਚਾਹੇ ਉਹ ਮਨੀਸ਼ ਸਿਸੋਦੀਆ ਹੋਣ, ਸੰਜੇ ਸਿੰਘ ਹੋਣ ਜਾਂ ਫਿਰ ਜਿਹੜੇ ਵੀ ਲੀਡਰਸ ਦੀ ਗ੍ਰਿਫਤਾਰੀ ਹੋ ਰਹੀ ਹੈ, ਮਾਮਲਾ ਇੱਕੋ ਹੀ ਹੈ, ਹੈ ਨਾ, ਐਕਸਾਈਜ਼ ਪਾਲਿਸੀ ਵਾਲਾ, ਆਬਕਾਰੀ ਨੀਤੀ ਦਾ ਅਤੇ ਘਟਾਲੇ ਦਾ, ਸ਼ਰਾਬ ਘਟਾਲੇ ਦਾ, ਕਥਿਤ ਸ਼ਰਾਬ ਘਟਾਲਾ ਜਿਹਨੂੰ ਕਹਿ ਦਿੰਦੇ ਆਪਾਂ, ਉਹਨਾਂ ਦੇ ਕਿਤੇ ਨਾ ਕਿਤੇ ਰੋਲਸ ਜਿਹੜੇ ਨੇ ਉਹ ਡਿਕਲੇਅਰ ਹੋ ਗਏ ਨੇ। ਤੁਸੀਂ ਇੱਕ ਆਪਾਂ ਸਿੰਪਲ ਪਾਲਿਸੀ ਨੂੰ ਸਮਝਦੇ ਹਾਂ ਕਿ ਪਾਲਿਸੀ ਇਹ ਸੀਗੀ ਕਿ 6% ਕਮਿਸ਼ਨ ਜਿਹੜੀ ਉਹ ਵਧਾ ਦਿੱਤੀ ਗਈ ਸੀਗੀ, ਪਹਿਲਾਂ 5 ਮਿਲਦੀ ਸੀ ਹੁਣ 12 ਮਿਲਦੀ ਹੈ, 6% ਜਿਹੜੇ ਨੇ
ਤੇ ਜਿਹੜੇ ਆਪਣਾ ਸ਼ਰਾਬ ਕਾਰੋਬਾਰੀ ਨੇ ਉਹਨਾਂ ਨੂੰ ਪਹਿਲਾਂ ਡੀਲਰਸ ਨੂੰ 5% ਮਿਲਦੀ ਸੀਗੀ ਤੇ ਫਿਰ ਇਹਨਾਂ ਨੇ ਕਿਹਾ ਕਿ ਤੁਸੀਂ 1% ਰੱਖੋ ਆਪਣੇ ਕੋਲ, ਤੁਹਾਡੀ 6 ਹੋਊਗੀ ਤੇ ਜਿਹੜੀ 6 ਅਸੀਂ ਤੁਹਾਨੂੰ ਹੋਰ ਵਾਧਾ ਕਰ ਰਹੇ ਹਾਂ ਉਹ ਤੁਸੀਂ ਪਾਰਟੀ ਫੰਡ ਦੇ ਵਿੱਚ ਦਿਓਗੇ। ਤੇ ਫਿਰ ਇਸ ਤਰੀਕੇ ਦੇ ਨਾਲ ਇਹ ਪੂਰਾ ਸਿਨੈਰੀਓ ਬਣਿਆ ਤੇ 300-600 crore ਦਾ ਇਹ ਕਪਲਿਆਂ ਦੀ ਗੱਲ ਸਾਹਮਣੇ ਆਉਣ ਲੱਗ ਗਈ। ਸੋ ਮਨੀਸ਼ ਸਿਸੋਦੀਆ ਹੋਣ, ਸੰਜੇ ਸਿੰਘ ਹੋਣ, ਤਾਂ ਕਿਤੇ ਨਾ ਕਿਤੇ ਇਹਨਾਂ ਦੀ ਭੂਮਿਕਾ ਉਹਦੇ ਵਿੱਚ ਮੰਨੀ ਗਈ। ਤੇ ਜਿਹੜਾ ਤੁਸੀਂ ਜ਼ਿਕਰ ਕਰਦੇ ਹੋ ਕਿ ਅਰਵਿੰਦ ਕੇਜਰੀਵਾਲ ਦੀ ਤਾਂ ਭੂਮਿਕਾ ਹੀ ਕੋਈ ਨਹੀਂ ਹੈ, ਪਰ ਜਿਹੜਾ ਸਿਨੈਰੀਓ ਨਿਕਲਿਆ ਕਿ ਜਿਹੜਾ ਪੈਸਾ ਆ ਰਿਹਾ ਸੀ ਉਹ ਯੂਜ਼ ਕਿੱਥੇ ਹੋ ਰਿਹਾ ਸੀ? ਜੀ ਬਿਲਕੁਲ, ਪਾਰਟੀ ਫੰਡ ਦੇ ਵਿੱਚ ਹੋ ਰਿਹਾ ਸੀ, ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਸੀ, ਤੇ ਪਾਰਟੀ ਦੇ ਸੁਪਰੀਮੋ ਕੌਣ ਨੇ? ਬਿਲਕੁਲ, ਅਰਵਿੰਦ ਕੇਜਰੀਵਾਲ। ਤਾਂ ਫਿਰ ਅਰਵਿੰਦ ਕੇਜਰੀਵਾਲ ਦੇ ਜੇਕਰ ਆਪਾਂ ਈਡੀ ਦੇ ਪੂਰਾ ਕੇਸ ਸਟੱਡੀ ਕਰੀਏ ਵੀ ਜਿਸ ਆਧਾਰ ਦੇ ਉੱਤੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਚੁੱਕਿਆ ਗਿਆ, ਕਿਉਂਕਿ ਤੁਸੀਂ ਇਹ ਦੇਖੋ ਕਿ 9 ਸੰਮਣ ਚਲੇ ਗਏ, 9 ਸੰਮਣਾਂ ਤੇ ਨਾ ਪੇਸ਼ ਹੋਣ ਦਾ ਵੀ ਇੱਕ ਕਾਰਨ ਸੀ। ਅਰਵਿੰਦ ਕੇਜਰੀਵਾਲ ਪਹਿਲੇ ਦਿਨ ਤੋਂ ਹੀ ਕਹੀ ਜਾ ਰਹੇ ਸੀ ਕਿ ਆਬਕਾਰੀ ਨਾ ਤਾਂ ਡਿਪਾਰਟਮੈਂਟ ਮੇਰਾ ਹੈ, ਨਾ ਮੈਂ ਕਿਸੇ ਤਰੀਕੇ ਦੀ ਆਬਕਾਰੀ ਨੀਤੀ ਦੇ ਵਿੱਚ ਮੈਂ ਸ਼ਾਮਿਲ ਹਾਂ, ਨਾ ਮੇਰੇ ਕੋਲ ਇਸ ਨੀਤੀ ਨੂੰ ਅਪਰੂਵਲ ਦਿੱਤੀ ਗਈ ਹੈ। ਸੋ ਇਸ ਤਰੀਕੇ ਦਾ ਜਦੋਂ ਸਿਨੈਰੀਓ ਬਣਿਆ ਸੀਗਾ ਤਾਂ ਕਰਕੇ ਅਰਵਿੰਦ ਕੇਜਰੀਵਾਲ 9 ਸੰਮਣਾਂ ਦੇ ਉੱਤੇ ਪੇਸ਼ ਨਹੀਂ ਹੋਏ ਕਿ ਮੇਰਾ ਇਸ ਦੇ ਵਿੱਚ ਉਹ ਰੋਲ ਕੀ ਹੈ, ਤੁਸੀਂ ਮੈਨੂੰ ਉਹ ਦੱਸੋ, ਤੇ ਈਡੀ ਨੇ ਰੋਲ ਨਹੀਂ ਦੱਸਿਆ। ਤੇ ਹੁਣ ਜੋ ਈਡੀ ਨੇ ਰੋਲ ਦੱਸਿਆ ਵੀ ਹੈ, ਕਿਉਂਕਿ ਪਹਿਲੇ ਦਿਨ ਇਹ ਦਲੀਲ ਜਿਹੜੀ ਹੈ ਵਕੀਲ ਦੇ ਵੱਲੋਂ ਰੱਖ ਦਿੱਤੀ ਗਈ ਸੀ ਕਿ ਅਰਵਿੰਦ ਕੇਜਰੀਵਾਲ ਉਹਨਾਂ ਦੀ ਅਰੈਸਟ ਤੇ ਰਿਮਾਂਡ ਤੁਸੀਂ ਕਿਸ ਵਿਹਾਵ ਦੇ ਉੱਤੇ ਦੇ ਰਹੇ ਹੋ, ਤਦ ਫਿਰ ਈਡੀ ਨੇ ਕਿਹਾ ਸੀਗਾ ਕਿ ਦੇਖੋ ਜੀ ਜਦੋਂ ਪਾਰਟੀ ਤੁਹਾਡੀ ਹੈ, ਪੈਸਾ ਤੁਹਾਡੀ ਪਾਰਟੀ ਦੇ ਵਿੱਚ ਆ ਰਿਹਾ ਸੀ ਤੇ ਯੂਜ਼ ਵੀ ਪਾਰਟੀ ਦੇ ਵੱਲੋਂ ਗੋਆ ਦੇ ਵਿੱਚ ਕੀਤਾ ਗਿਆ, ਇਲੈਕਸ਼ਨਸ ਦੇ ਵਿੱਚ, ਹੋਰ ਸਟੇਟਸ ਦੇ ਵਿੱਚ ਇਲੈਕਸ਼ਨ ਦੇ ਵਿੱਚ ਕੀਤਾ ਗਿਆ, ਪਾਰਟੀ ਫੰਡ 'ਚੋਂ ਇਸਤੇਮਾਲ ਕੀਤਾ ਗਿਆ, ਤਾਂ ਫਿਰ ਪਾਰਟੀ ਜਿਹਦੀ ਹੈ ਤਾਂ ਮਾਲਕ ਹੀ ਫੜਿਆ ਜਾਏਗਾ। ਤਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਜਿਹੜੀ ਹੈ ਇਸ ਬੇਸਿਸ ਦੇ ਉੱਤੇ ਹੋਈ ਹੈ। ਤੇ ਹੁਣ ਨਾਲ ਲੱਗਦੀ ਗੱਲ ਇਹ ਵੀ ਹੈ ਕਿ ਈਡੀ ਦੇ ਵੱਲੋਂ ਹੁਣ ਗੋਆ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਜਾਂ ਫਿਰ ਜਿਹੜਾ ਰੌਲਾ ਪਾਉਂਦੀ ਆਮ ਆਦਮੀ ਪਾਰਟੀ, ਸਾਡੇ ਉੱਥੇ 2 ਵਿਧਾਇਕ ਨੇ, 3 ਵਿਧਾਇਕ ਨੇ। ਸੋ ਹੁਣ ਉਹਨਾਂ ਸਾਰਿਆਂ ਨੂੰ ਵੀ ਈਡੀ ਨੇ ਬੁਲਾ ਲਿਆ ਕਿ ਆ ਜਾਓ ਭਾਈ, ਤੁਹਾਡਾ ਬਹੁਤ ਜ਼ਿਕਰ ਹੁੰਦਾ ਕਿ ਸਾਡੇ ਗੋਆ 'ਚ ਵੀ ਵਿਧਾਇਕ ਨੇ। ਬਿਲਕੁਲ, 3 ਜਿਹੜੇ ਨੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਨੇ, ਇੱਕ ਭੰਡਾਰੀ ਸਮਾਜ ਦੇ ਪ੍ਰਧਾਨ ਨੇ, ਜਿਹੜੇ ਉਹਨਾਂ ਨੂੰ ਚਾਰ ਲੋਕਾਂ ਨੂੰ ਕੋਲ ਚਾਰ ਲੋਕਾਂ ਨੂੰ ਬੁਲਾ ਲਿਆ ਗਿਆ। ਤੇ ਜਿਵੇਂ ਆਪਾਂ ਵਿਰੋਧੀ ਧਿਰਾਂ ਪਹਿਲਾਂ ਕਹਿੰਦੀਆਂ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ ਸੁਨੀਲ ਜਾਖੜ ਹੋਣੇ ਹੋਣ ਪੰਜਾਬ ਭਾਜਪਾ, ਕਿ ਇਹ ਕਾਰਵਾਈ ਸਿਰਫ ਦਿੱਲੀ ਤੱਕ ਨਹੀਂ ਰੁਕਣੀ ਚਾਹੀਦੀ, ਪੰਜਾਬ 'ਚ ਵੀ ਆਉਣੀ ਚਾਹੀਦੀ ਹੈ। ਅਤੇ ਹੁਣ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਹੁਣ ਪੰਜਾਬ ਦੇ ਵੀ 2-3 ਵੱਡੇ ਅਫਸਰ ਜਿਹੜਾ ਨੇ ਉਹ ਬੁਲਾ ਲਏ ਈਡੀ ਨੇ, ਕਿ ਆ ਪਹੁੰਚੋ ਭਾਈ, ਹੁਣ ਤੁਹਾਡੀ ਵੀ ਤੁਹਾਡੇ ਤੋਂ ਪੁੱਛਗਿੱਛ ਹੋਏਗੀ। ਤੇ ਜਿਹੜੀ ਹੁਣ ਬੀਤੇ ਦਿਨੀ ਤੁਸੀਂ ਸੁਣਿਆ ਵੀ ਹੋਏਗਾ ਕਿ ਇੱਕ IAS ਦੇ ਘਰ ਅਮਰੂਦ ਦੇ ਘੁਟਾਲੇ ਨੂੰ ਲੈ ਕੇ ਕੀਤੀ ਗਈ ਗੱਲਬਾਤ, ਹੈ ਨਾ, ਤੇ 9-10 ਘੰਟੇ ਰੇਡ ਚੱਲੀ ਹੈ, ਉਹ IAS ਦੀ ਧਰਮ ਪਤਨੀ ਦਾ ਨਾਮ ਸ਼ਾਮਿਲ ਹੈ। ਤੇ ਤੁਸੀਂ ਇਹ ਸੋਚੋ ਕਿ ED ਇੱਥੇ ਤੱਕ ਆਵੇ ਪੰਜਾਬ ਦੇ ਵਿੱਚ, ਤੇ ਇੱਕ ਅਮਰੂਦਾਂ ਦਾ ਹੀ ਘੁਟਾਲਾ ਕਰਨ ਆਈ ਹੋਏਗੀ, ਜੇਕਰ ਉਹ ਕਹਿ ਰਹੀ ਹੋਏਗੀ ਕਿ ਨਾਲ ਲੱਗਦੇ ਅਤਪਤੀ ਦੇਵ ਨੂੰ ਵੀ ਫੜ ਲੈਂਦੇ ਆ, ਪੰਜਾਬ ਦੇ ਵਿੱਚ ਇਹ ਵੀ ਵੱਡੇ ਅਫਸਰ ਨੇ ਤੇ ਉਹ ਸ਼ਰਾਬ ਨੀਤੀ ਦੇ ਲਾਗੇ ਛਾਗੇ ਰਹਿੰਦੇ ਨੇ, ਤੇ ਉੱਧਰ ਵੀ ਪੁੱਛਗਿੱਛ ਜਿਹੜੀ ਆ ਹੋ ਗਈ ਹੈ, ਚਾਹੇ ਸਿੱਧੇ ਤਰੀਕੇ ਨਾਲ ਕੀਤੀ ਜਾਵੇ। ਤੇ ਉਹੀ ਗੱਲ ਹੈ ਨਾ ਕਿ ਪੰਜਾਬੀ ਦੀ ਜਿਵੇਂ ਕਹਾਵਤ ਹੈ, ਕੰਨ ਇੱਦਾਂ ਫੜ ਲਓ ਜਾਂ ਫਿਰ ਘੁਮਾ ਕੇ ਫੜ ਲਓ, ਫੜਨੇ ਕੰਨੇ ਨੇ। ਸੋ ਫਿਰ ਹੁਣ ED ਨੇ ਜਿੱਦਾਂ ਦਿੱਲੀ ਦੇ ਵਿੱਚ ਬਹੁਤ ਜਲਦੀ ਦੇ ਵਿੱਚ ਇੱਦਾਂ ਹੱਥ ਫੜਿਆ, ਕੰਨ ਨੂੰ ਇੱਦਾਂ ਹੱਥਾਂ ਨਾਲ ਫੜਿਆ, ਪੰਜਾਬ ਦੇ ਵਿੱਚ ਉਹ ਘੁਮਾ ਕੇ ਫੜ ਰਹੀ ਹੈ, ਪਰ ਫੜੇਗੀ ਜ਼ਰੂਰ। ਤੇ ਇਹ ਨਾ ਸੋਚੋ ਕਿ ਹੁਣ ਪੰਜਾਬ ਤੱਕ ਇਸ ਘੁਟਾਲੇ ਦਾ ਸੇਕ ਨਹੀਂ ਆਏਗਾ, ਤਾਰਾਂ ਪੰਜਾਬ ਦੇ ਨਾਲ ਜੋੜ ਵੀ ਸਕਦੇ ਨੇ ਤੇ ਜੁੜੀਆਂ ਵੀ ਹੋ ਸਕਦੀਆਂ ਨੇ। ਸੋ ਸਾਰਾ ਇਹ ਵਿਸ਼ਾ ਜਿਹੜਾ ਆ ਇਹ ਚਰਚਾ ਦਾ ਹੈ, ਜਾਂਚ ਦਾ ਹੈ। ਸੋ ED ਜਾਂਚ ਕਰ ਰਹੀ ਹੈ, ਉਮੀਦ ਕਰਦੇ ਹਾਂ ਕਿ ਜਿਹੜੀ ਇੱਕ ਨਿਰਪੱਖ ਜਾਂਚ ਜਿਹੜੀ ਆ ਉਹ ਹੋ ਸਕੇ, ਪਰ ਅਰਵਿੰਦ ਕੇਜਰੀਵਾਲ ਹਜੇ ਇੰਨੀ ਜਲਦੀ ਵਿਹਲੇ ਜਿਹੜਾ ਆ ਉਹ ਨਹੀਂ ਹੁੰਦੇ ਦਿਖਾਈ ਦੇ ਰਹੇ। ਹਾਲਾਂਕਿ ਕੱਲ੍ਹ ਜਾਂ ਪਰਸੋਂ ਨੂੰ ਇਸ ਪੂਰੇ ਮਾਮਲੇ ਦੇ ਉੱਤੇ ਇੱਕ ਵਾਰੀ ਫਿਰ ਤੋਂ ਸੁਣਵਾਈ ਹੈ, ਜਿਹੜੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਹੈ, ਅਤੇ ਹੁਣ ਉਹਦੇ ਵਿੱਚ ਕੀ ਫੈਸਲਾ ਆਉਂਦਾ ਉਹ ਹੁਣ ਦੇਖਣ ਵਾਲਾ ਹੋਏਗਾ, ਕਿਉਂਕਿ ED ਦੇ ਕੋਲੋਂ ਵੀ 2 ਤਰੀਕ ਤੱਕ ਜਵਾਬ ਮੰਗਿਆ ਗਿਆ ਸੀ। ਕੱਲ੍ਹ 2 ਤਰੀਕ ਹੈ,
ਕੱਲ ਈ ਡੀ ਨੇ ਜਵਾਬ ਦੇਣਾ ਅਤੇ ਉਸ ਤੋਂ ਬਾਅਦ ਪੂਰੀ ਕਾਰਵਾਈ ਹੋਏਗੀ। ਜਿਹੜੀ ਜ਼ਮਾਨਤ ਅਰਜ਼ੀ ਵਗੈਰਾ ਲਈ ਗਈ ਸੀ, ਚੈਲੇਂਜ ਕੀਤਾ ਗਿਆ ਸੀਗਾ ਗ੍ਰਿਫਤਾਰੀ ਨੂੰ ਅਤੇ ਪੁੱਛਗਿੱਛ ਨੂੰ, ਅਤੇ ਉਹਦੇ ਉੱਤੇ ਕੱਲ੍ਹ ਫੈਸਲਾ ਆ ਜਾਏਗਾ। ਜਾਂ ਤਾਂ ਫਿਰ ਉਹ ਰੱਦ ਹੋਏਗੀ ਜਾਂ ਫਿਰ ਕੋਈ ਫੈਸਲਾ ਖੁਸ਼ਨੁਮਾ ਜਿਹੜਾ ਆਮ ਆਦਮੀ ਪਾਰਟੀ ਦੇ ਲਈ ਰਾਹਤ ਭਰਿਆ ਹੋ ਸਕਦਾ। ਪਰ ਇੰਨੀ ਜਲਦੀ ਮੈਨੂੰ ਲੱਗਦਾ ਨਹੀਂ ਕਿ ਗਗਨ ਕੋਈ ਅਜੇ ਰਾਹਤ ਮਿਲੇਗੀ, ਕਿਉਂਕਿ ਪੈੜੇ ਬੜੇ ਲੰਬੇ ਨੇ ਅਤੇ ਜਿਸ ਹਿਸਾਬ ਦੇ ਨਾਲ ਈਡੀ ਦੇ ਵੱਲੋਂ 9 ਸਮਣਾ ਤੱਕ ਦਾ ਰਿਲੈਕਸ ਦਿੱਤਾ ਗਿਆ ਸੀਗਾ ਜਾਂ 9 ਸਮਣਾ ਤੱਕ ਸਬਰ ਕੀਤਾ ਗਿਆ ਸੀਗਾ। ਤੁਸੀਂ ਅੱਜ ਤੱਕ ਸੁਣਿਆ ਈਡੀ ਦੇ ਵੱਲੋਂ ਕਦੀ ਕਿਸੇ ਨੂੰ 9 ਸਮਣ ਭੇਜੇ ਗਏ ਹੋਣ? ਜੇ ਆਪਾਂ ਟੈਕਨੀਕਲੀ ਇੱਕ ਸੰਵਿਧਾਨਿਕ ਤੌਰ ਦੇ ਉੱਤੇ ਵੀ ਦੇਖੀਏ ਤਾਂ ਈਡੀ ਸਿਰਫ 3 ਸਮਣ ਭੇਜ ਸਕਦੀ ਹੈ। ਵਿਵੇਕ, ਈਡੀ ਹੀ ਨਹੀਂ, ਆਮ ਤੌਰ 'ਤੇ ਵੀ ਜੇ ਵੇਖਿਆ ਜਾਵੇ ਤਾਂ ਆਪਾਂ ਇੱਕ ਸੈਸ਼ਨ ਕੋਰਟ ਦੀ ਗੱਲ ਕਰ ਲਈਏ, ਜੁਡੀਸ਼ੀਅਲ ਕੋਰਟ ਦੀ ਗੱਲ ਕਰ ਲਈਏ, ਤੇ ਤੀਸਰੀ ਵਾਰ ਸੰਮਣ ਨਹੀਂ ਆਉਂਦਾ, ਗੈਰ ਜ਼ਮਾਨਤੀ ਵਾਰੰਟ। ਬਿਲਕੁਲ, ਪੰਜਾਬ ਪੁਲਿਸ ਹੀ ਲੈ ਲਓ, ਪੰਜਾਬ ਪੁਲਿਸ ਕਿਸੇ ਨੂੰ ਇੱਕ ਵਾਰੀ ਤਲਬ ਕਰਦੀ ਨਹੀਂ ਪਹੁੰਚਿਆ, ਦੂਸਰੀ ਵਾਰ ਤਲਬ ਕਰਦੀ ਨਹੀਂ ਪਹੁੰਚਿਆ, ਤੀਸਰੀ ਵਾਰ ਉਹ ਅਦਾਲਤ ਜਾਂਦੀ ਹੈ। ਅਦਾਲਤ ਜਾਂ ਤਾਂ ਫਿਰ ਡਾਇਰੈਕਟ ਅਰੈਸਟ ਦਾ ਆਪਸ਼ਨ ਦੇ ਦਿੰਦੀ ਹੈ ਜਾਂ ਫਿਰ ਇਹ ਕਹਿ ਦਿੰਦੀ ਕਿ ਇਹਨੂੰ ਅਰੈਸਟ ਕਰੋ, ਇਹਦੇ ਕੋਲ ਫਾਈਨ ਲਓ ਭਾਈ, ਕਿ ਤੁਹਾਨੂੰ ਲੱਭਣ ਦੇ ਵਿੱਚ ਜਾਂ ਫਿਰ ਤੁਸੀਂ ਅਦਾਲਤ ਦਾ ਅਤੇ ਪੁਲਿਸ ਦਾ ਕਿੰਨਾ ਸਮਾਂ ਵੇਸਟ ਕੀਤਾ, 25,000-30,000 ਜੁਰਮਾਨਾ ਬਣਦਾ ਤੁਹਾਡਾ, ਜੁਰਮਾਨਾ ਦਿਓ, ਨਹੀਂ ਤਾਂ ਫਿਰ ਇਹਨੂੰ ਲੈ ਕੇ ਜਾਓ ਜੇਲ੍ਹ 'ਚ, ਜਿੰਨਾ ਚਿਰ ਇਹਦਾ ਜੁਰਮਾਨਾ ਨਹੀਂ ਵਸੂਲ ਹੁੰਦਾ ਇਹਨੂੰ ਉੱਥੇ ਰੱਖੋ। ਤੋ ਇਸ ਤਰੀਕੇ ਦਾ ਜਿਹੜਾ ਸਿਨੈਰੀਓ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਹੈ, ਪਰ ਅਰਵਿੰਦ ਕੇਜਰੀਵਾਲ ਕਦੀ ਵਿਪਾਸਨਾ ਕਦੀ ਪ੍ਰਚਾਰ ਜਿਵੇਂ ਜਿਵੇਂ ਵੀ ਬਿਜ਼ੀ ਰਹੇ ਅਤੇ ਈਡੀ ਨੇ ਵੀ ਥੋੜ੍ਹਾ ਜਿਹਾ ਉੱਥੇ ਕੋਪਰੇਟ ਕੀਤਾ, ਅਤੇ ਹੁਣ ਮੈਨੂੰ ਲੱਗਦਾ ਫਿਰ ਈਡੀ ਨਾਲ ਵੀ ਥੋੜ੍ਹਾ ਜਿਹਾ ਕੋਪਰੇਟ ਕਰ ਰਹੇ ਨੇ, ਅਰਵਿੰਦ ਕੇਜਰੀਵਾਲ ਹੋਣੀ ਚਾਹੇ ਦਿਲ ਰੱਖ ਕੇ ਕਰ ਰਹੇ ਨੇ ਚਾਹੇ ਬਿਨਾਂ ਦਿਲ ਰੱਖ ਕੇ ਕਰ ਰਹੇ ਨੇ। ਸੋ ਇਹ ਤਾਲੀ ਜਿਹੜੀ ਹੈ ਦੋਨੋਂ ਹੱਥਾਂ ਨਾਲ ਵੱਜੀ ਹੈ, ਅਤੇ ਇਹ ਵੀ ਨਹੀਂ ਕਹਿ ਸਕਦੇ ਕਿ ਇੱਕਦਮ ਹੀ ਚੋਣ ਪ੍ਰਚਾਰ ਕੋਲ ਆ ਕੇ ਕਰ ਲਿਆ ਗਿਆ ਗ੍ਰਿਫਤਾਰ ਜਾਂ ਜੋ ਵੀ ਹੈ, ਹੈ ਨਾ, ਕਿਉਂਕਿ ਈਡੀ ਨੇ ਵੀ 9 ਸਮਣ ਭੇਜੇ ਸੀ। ਹਰ ਇੱਕ ਚੀਜ਼ ਦੇ 2 ਪਹਿਲੂ ਹੁੰਦੇ ਨੇ, ਹਰ ਇੱਕ ਸਿੱਕੇ ਦੇ ਵੀ 2 ਪਹਿਲੂ ਹੁੰਦੇ ਨੇ ਅਤੇ ਹਰ ਇੱਕ ਚੀਜ਼ ਦੇ ਵੀ। ਸੋ ਹੁਣ ਇਹ ਵੀ ਸਾਨੂੰ ਜੇ ਅਸੀਂ ਇਹ ਕਹਿ ਰਹੇ ਹਾਂ ਕਿ ਚੋਣਾਂ ਦੇ ਕੋਲ ਆ ਕੇ ਗਲਤ ਕੀਤਾ, ਚੋਣਾਂ ਦੇ ਕੋਲ ਆ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ, ਤਾਂ ਇਹ ਵੀ ਸਾਨੂੰ ਦੇਖਣਾ ਚਾਹੀਦਾ ਕਿ ਅਕਤੂਬਰ ਤੋਂ ਹੀ ਉਹਨਾਂ ਨੂੰ ਜਿਹੜਾ ਸੰਮਣ ਉਹ ਵੀ ਆਉਣੇ ਸ਼ੁਰੂ ਹੋ ਗਏ ਸੀਗੇ, ਅਤੇ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਅਤੇ 4-5 ਮਹੀਨੇ ਜਿਹੜਾ ਟੱਪ ਗਏ ਸੀਗੇ। ਜੀ ਬਿਲਕੁਲ, ਅਤੇ ਬਹੁਤ ਬਹੁਤ ਧੰਨਵਾਦ ਵਿਵੇਕ ਇੰਨੀ ਡੂੰਘੀ ਜਾਣਕਾਰੀ ਸਾਂਝੀ ਕਰਨ ਦੇ ਲਈ। ਅਤੇ ਵੇਖਿਆ ਜਾਵੇ ਤਾਂ ਭਾਵੇਂ ਅਰਵਿੰਦ ਕੇਜਰੀਵਾਲ ਉਹਨਾਂ ਨੇ ਦੂਸਰੇ ਦੇ ਸਿਰ 'ਤੇ ਰੱਖਤੀ ਆ, ਦੂਸਰੇ ਦੇ ਉੱਤੇ ਪੰਡ ਸੁੱਟਤੀ ਹੈ, ਇਲਜ਼ਾਮ ਲਗਾ ਦੇ ਕਿ ਮੇਰੇ ਕੋਲ ਤਾਂ ਰਿਪੋਰਟ ਹੀ ਨਹੀਂ ਸੀ ਆਉਂਦੀ, ਮੈਂ ਤਾਂ ਸਾਈਨ ਹੀ ਨਹੀਂ ਕੀਤੇ, ਪਰ ਇਹ ਗੱਲ ਕਿਉਂ ਭੁੱਲਦੇ ਜਾ ਰਹੇ ਨੇ ਕਿ ਖੁਦ ਉਹ ਸੁਪਰੀਮੋ ਨੇ, ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਅਤੇ ਮਾਲਕ ਨੂੰ ਹੀ, ਪਾਰਟੀ ਦੇ ਮਾਲਕ ਨੂੰ ਹੀ ਈਡੀ ਨੇ ਫੜਨਾ। ਸੋ ਗਵਾਂਢ ਦੇ ਵਿੱਚ ਚਲ ਗਏ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ, ਤਿਹਾੜ ਜੇਲ੍ਹ ਦੇ ਵਿੱਚ ਉਹੀ ਬੈਰਕਾਂ ਨੇ, ਸਾਂਝ ਦੇ ਵਿੱਚ ਨੇ, ਆਂਢ ਗਵਾਂਢ ਦੇ ਵਿੱਚ ਸੰਜੇ ਸਿੰਘ ਹੋਣੀ ਨੇ, ਮਨੀਸ਼ ਸਿਸੋਦੀਆ ਹੋਣੀ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਦਾਲਤ ਦੇ ਵੱਲੋਂ ਕੋਈ ਖੁਸ਼ਨੁਮਾ ਖਬਰ ਜਿਹੜੀ ਆਮ ਆਦਮੀ ਪਾਰਟੀ ਵਾਸਤੇ ਬਣਦੀ ਹੈ ਜਾਂ ਨਹੀਂ ਬਣਦੀ, ਉਹ 2-4 ਦਿਨਾਂ ਤੱਕ ਪਤਾ ਲੱਗ ਜਾਏਗਾ, ਅਤੇ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਕਿਸੇ ਅਜਿਹੇ ਹੀ ਮੁੱਦੇ ਦੇ ਉੱਤੇ ਚਰਚਾ ਨੂੰ ਲੈ ਕੇ। ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ, ਇਹ ਚਰਚਾ ਕਿਵੇਂ ਦੀ ਲੱਗੀ, ਆਪਣੀਆਂ ਟਿੱਪਣੀਆਂ ਜ਼ਰੂਰ ਸਾਂਝੀਆਂ ਕਰਨਾ। ਜੁੜੇ ਰਹਿਣਾ ਸਕਾਈ ਨਿਊਜ਼ ਪੰਜਾਬ ਦੇ ਨਾਲ।